ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ ਇੱਥੇ ਪਿੰਡ 'ਚ ਹੋਇਆ ਵੱਡਾ ਬੰਬ ਧਮਾਕਾ 59 ਲੋਕਾਂ ਦੀ ਹੋਈ ਮੌਤ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਹੁਣ ਇਥੇ ਪਿੰਡ ਦੇ ਵਿੱਚ ਧਮਾਕਾ ਹੋਣ ਦੇ ਕਾਰਨ 89 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੱਖਣੀ-ਪੱਛਮੀ ਬੁਰਕੀਨਾ ਫਾਸੋ ਤੋਂ ਸਾਹਮਣੇ ਚਿੱਥੀ ਕਸੋਨੇ ਦੀ ਖਾਨ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇਹ ਘਟਨਾ ਕੱਲ ਸੋਮਵਾਰ ਨੂੰ ਵਾਪਰੀ ਜਿੱਥੇ ਇੱਕ ਧਮਾਕੇ ਦੇ ਜਪੇਟ ਵਿੱਚ ਔਣ ਕਾਰਨ 89 ਲੋਕਾਂ ਦੀ ਮੌਤ ਹੋ ਗਈ ਤੇ ਇਸ ਹਾਦਸੇ ਦੇ ਕਾਰਨ ਸੌ ਤੋਂ ਵੱਧ ਦੇਰੇ ਲੋਕ ਜ਼ਖਮੀ ਹੋ ਗਏ ਹ ਜੋ ਇਸ ਸਮੇਂ ਹਸਪਤਾਲ ਦੇ ਵਿੱਚ ਡੇਰੇ ਇਲਾਜ ਚ ਹਨ। ਇਹ ਹਾਸਾ ਪਾਰਟੀ ਸਮੇਂ ਦੇ ਮੁਤਾਬਿਕ ਦੁਪਹਿਰ 2 ਵਜੇ ਦੇ ਕਰੀਬ ਆਪ ਰਿਹਾ ਜਿੱਥੇ ਪਹਿਲਾ ਇਕ ਠਮਾਕਾ ਹੋਇਆ ਉਸ ਤੋਂ ਬਾਅਦ ਹੋਰ ਠਮਾਕੇ ਹੋਏ ਦੱਸਿਆ ਗਿਆ ਇੱਕ ਠਮਾਕਾ ਮਾਈਨਿੰਗ ਲਈ ਵਰਤੇ ਜਾਣ ਵਾਲੇ ਅਤੇ ਸਾਇਨਾ ਦੇ ਕਾਰਨ ਹੋਇਆ ਹੈ ਇਸ ਕਰਨੇ ਜਾਣਕਾਰੀ ਦਿੰਦੇ ਹੋਏ ਕਿ ਜੰਗਲਾਤ ਕਰਮਚਾਰੀਆਂ ਵੱਲ ਦੱਸਿਆ ਗਿਆ ਹੈ ਕਿ ਉਸ ਨੂੰ ਇਸ ਜਗਾ ਉਪਰ ਧਮਾਕੇ ਤੋਂ ਬਾਅਦ ਹਾਰਪਾਸੇ ਲਾਸ਼ਾਂ ਹੀ ਆຊਾਂ ਨਜ਼ਰ ਆਈਆਂ ਸਾਂ ਇਹੇ ਵਿਅਕਤੀ ਉਸ ਸਮੇਂ ਘਟਨਾ ਸਥਾਨ ਉਪਰ ਮੌਜੂਦ ਸੀ ਜਦੋਂ ਉਸਨੇ ਦੱਸਿਆ ਜਾ ਰਿਹਾ ਹੈ ਕਿ ਧਮਾਕੇ ਤੋਂ ਬਾਅਦ ਇਸ ਘਟਨਾ ਦੇ ਵਿੱਚ ਆਉਣ ਦੇ ਕਾਰਨ ਕਈ ਲੋਕ ਜ਼ਖਮੀ ਹੋ ਗਏ ਤੇ ਕਈਆਂ ਦੀ ਗਿਣਤੀ ਵੱਧ ਸਕਦੀ ਹੈ ਤੇ ਖੌਣ ਲਾ ਸਕਦੇ ਏਖਣ ਲਈ ਤੁਹਾਡਾ ਬਹੁਤ ਬਹੁਤ